is the Rainbow restaurant. अच्छा दिस इज गोइंग टू बी प्योर वेज प्योर वेज प्योर वेज ਮਤਲਬ ਕਿ ਅਸੀਂ ਅਸੀਂ ਨੂੰ ਐਜ਼ ਅ ਨਹੀਂ ਸਾਡਾ ਸ਼ਹਿਰ ਹੈ ਇੱਥੇ ਵੈਜੀਟੇਰੀਅਨ ਬਹੁਤ ਹੈ ਬਹੁਤ ਹੈ ਮਈਆ ਦੇ ਇਹਦੇ ਵਿੱਚ ਕੀ ਹੈ ਇਹ ਪੂਰੀ ਵੈਜੀਟੇਰੀਅਨ ਕਿਚਨ ਦੀ ਕਿਚਨ ਹੀ ਡਿਫਰੈਂਟ ਹੈ ਅੱਛਾ ਇਹਦੇ ਵਿੱਚ ਕੋਈ ਨਾਨ ਵੈਜ ਦੀ ਐਂਟਰੀ ਨਹੀਂ ਕੋਈ ਕੁਛ ਨਹੀਂ ਕੁਛ ਨਹੀਂ ਅਲੱਗ ਇਹਦੇ ਸੈਪਰੇਟ ਬਰਤਨ ਸੈਪਰੇਟ ਆ ਮੇਰੇ ਦਾ ਹੁੰਦਾ ਵੈਜ ਤੇ ਨਾਨ ਵੈਜ ਵਰਕਸ਼ਾਪ ਇੱਕੋ ਹੀ ਨਹੀਂ ਨਹੀਂ ਇਹ ਸਭ ਇੱਕੋ ਹੁੰਦੀ ਸਰ ਇਹਦੇ ਵਿੱਚ ਵੈਜੀਟੇਰੀਅਨ ਇਹਦੇ ਸ਼ੈਫ ਅਲੱਗ ਹੋਣਗੇ ਹਾਂ ਇਹਦੇ ਜੋ ਕਿਚਨ ਦੇ ਵਿੱਚ ਸਮਾਨ ਹੋਊਗਾ ਸਾਰਾ ਅਲੱਗ ਹੋਊਗਾ ਜੋ ਰੈਸਟੋਰੈਂਟ ਦੀ ਕੋਕਰੀ ਕਰੋਕਰੀ ਹੋਊਗੀ ਉਹ ਸਾਰੀ ਅਲੱਗ ਹੋਊਗੀ ਸਰ ਇਹਦੇ ਫ੍ਰਿਜ ਅਲੱਗ ਨੇ ਮਤਲਬ ਕਿ ਐ ਨਹੀਂ ਵੀ ਨਾਨ ਵੈਜ ਤੇ ਵੈਜ ਹੀ ਅਲੱਗ ਹੈ ਸਾਰੀ ਸਟੋਰੇਜ ਡਿਫਰੈਂਟ ਹੈ ਸਟੋਰੇਜ ਵੀ ਡਿਫਰੈਂਟ ਸਭ ਡਿਫਰੈਂਟ ਹੈ ਅਲੱਗ ਅਲੱਗ ਨੇ ਜਿਵੇਂ ਤੰਦੂਰ ਏਰੀਆ ਇੰਡੀਅਨ ਕਿਚਨ ਚਾਈਨੀਜ਼ ਕਿਚਨ ਕੰਟੀਨੈਂਟਲ ਕਿਚਨ ਉਹਦੇ ਵਿੱਚ ਫ੍ਰਿਜ ਹੋ ਗਏ ਬੜਾ ਅੱਛਾ ਪੈਕਿੰਗ ਦੇ ਸਾਰਾ ਇਹਦੇ ਤੇ ਵੀ ਹੈਗਾ ਸਰ ਹਰ ਵੀਕ ਅਸੀਂ ਆਡਿਟ ਕਰਦੇ ਹਾਂ ਵੀ ਕੋਈ ਚੀਜ਼ ਵਿੱਚ ਐਕਸਪਾਇਰ ਨਾ ਹੋਵੇ ਕੋਈ ਕੁਛ ਨਾ ਹੋਵੇ ਸਾਡੀ ਟੀਮ ਅਲੱਗ ਹੈ ਸਾਰੇ ਸਟੋਰ ਦੀ ਅਤੇ ਸਾਡੇ ਰੈਪੂਟੇਟਿਡ ਵੈਂਡਰ ਨੇ ਐਵੇਂ ਨਹੀਂ ਵੀ ਕਿਸੇ ਵੀ ਸ਼ੋਪ ਤੋਂ ਲੈ ਲਿਆ ਬਿਲਕੁਲ ਹਾਂਜੀ ਸਾਰੀ ਸਟੇਸ਼ਨਰੀ ਇੱਥੇ ਜੀ ਸਟੋਰ 'ਚ ਹਾਂਜੀ ਸਰ ਬਹੁਤ ਅੱਛਾ ਜੀ ਸੋ ਇਹ ਹੈ ਕਿ ਇਹ ਤਰ੍ਹਾਂ ਦੀ
have a particular person who is only taking care of pest control. So I have everything in this register. आर्टिकल हाँ जी ਉਹਦੇ ਪਾਰਟਿਕੂਲਰ ਸਪਲਾਇਰ ਬਿੱਲ ਨੰਬਰ ਸਾਈਜ਼ ਜੀ ਪਰਮਿਟ ਨੰਬਰ ਸੀਟ ਇਸ਼ੂਡ ਬੈਲੈਂਸ ਸਾਰਾ ਰਿਕਾਰਡ ਲਿਕਰ ਦਾ ਵੀ ਸਾਰਾ ਰਿਕਾਰਡ ਹਾਂ ਜੀ ਮਿਨੀ ਬਾਰ ਮੈਨੂ ਹੈ ਸਰ ਮਿਨੀ ਬਾਰ ਦੀ ਸਲਿਪਸ ਆਈਆਂ ਨੇ ਅੱਛਾ ਹਾਂ ਜੀ ਠੀਕ ਹੈ ਇਹ ਜਿਵੇਂ ਕਿਸੇ ਨੂੰ ਪੈਕਿੰਗ ਕਰਕੇ ਦੇਣੀ ਹੈ ਸਰ ਉਸ ਦੇ ਬਰਗਰ ਜੀ ਜਾਂ ਕੁਝ ਹੈ ਠੀਕ ਠੀਕ ਹੈ ਸਾਰੀ ਚੀਜ਼ਾਂ ਨੇ ਹਾਂ ਜੀ ਕੋਈ ਵੀ ਪ੍ਰੋਡਕਟ ਓਪਨ ਹੋਣਾ ਜੈਸੇ ਹੀ ਓਪਨ ਹੋ ਸੈਕੰਡਰੀ ਸ਼ੈਲਫ ਪੇ ਵੀ ਸੀਲ ਕਰ ਦੋ ਐਵਰੀ ਪ੍ਰੋਡਕਟ ਪੇ ਆਪਕੇ ਸ਼ੈਲਫ ਪੇ ਮੈਂਸ਼ਨ ਕੋਈ ਕੰਪਲਾਈਂਸ ਰਿਪੋਰਟ ਹੋ ਸਰਟੀਫਿਕੇਟ ਹੋ ਸੀ ਓ ਮਾਈਗ੍ਰੇਸ਼ਨ ਕੁਝ ਫਾਰਚੂਨ ਜਿਹੜਾ ਹੋਟਲ ਹੈ ਫਾਈਵ ਸਟਾਰ ਸ਼ਹਿਰ ਨੂੰ ਇਲਾਕੇ ਨੂੰ ਇੱਕ ਬੜਾ ਵੱਡਾ ਗਿਫਟ ਹੈ ਜਿੱਥੇ ਆਏ ਪਰ ਸਾਡਾ ਜਿਹੜਾ ਭਾਵੇਂ ਕੋਈ ਫਾਈਵ ਸਟਾਰ ਹੈ ਭਾਵੇਂ ਕੋਈ ਕਿੱਡਾ ਵੀ ਰੈਂਕ ਹੈ ਉਹਦਾ ਆਪਣੀ ਚੇਨ ਵਿੱਚ ਅਸੀਂ ਉਹਦੀ ਫੂਡ ਸੇਫਟੀ ਦੇ ਜਿਹੜੇ ਪੈਰਾਮੀਟਰ ਆ ਉਹਦੇ 'ਤੇ ਪੂਰਾ ਪਰਖਦੇ ਹਾਂ ਪੂਰਾ ਦੇਖਦੇ ਹਾਂ ਵੀ ਖਰਾ ਉਤਰਦਾ ਉਹਦੇ ਤਹਿਤ ਜਿਹੜਾ ਸਾਡਾ ਹਾਈ ਰਿਸਕ ਆਡਿਟ ਹੈ ਅਤੇ ਜਿਹੜਾ ਨਾਲ ਹਾਈਜੀਨ ਰੇਟਿੰਗ ਹੈ ਉਹ ਅੱਜ ਅਸੀਂ ਕਰਾਉਣ ਲਈ ਆਏ ਹਾਂ ਰਵੀ ਐਨਰਜੀ ਨੂੰ ਜਿਵੇਂ ਜਿਹੜੀ ਸੈਂਟਰ ਗੌਰਮੈਂਟ ਨੇ ਹਾਇਰ ਕੀਤਾ ਸੋ ਅੱਜ ਇਹਨਾਂ ਦੇ ਸਾਰੇ ਕਿਚਨ ਐਵਰੀਥਿੰਗ ਜਿਹੜੀ ਦੇਖਿਆ ਗਿਆ ਅਤੇ ਜਿੱਥੇ ਅੱਛਾ ਕੰਮ ਲੱਗਾ ਵਧੀਆ ਲੱਗਾ ਉਹ ਦੇਖਿਆ ਗਿਆ ਔਰ ਉਹਦੇ ਤੋਂ ਬਾਅਦ ਜਿਹੜਾ ਇਹਨਾਂ ਨੂੰ ਇੱਕ ਜਿੱਦਾਂ ਹਾਈਜੀਨ ਜਿਹੜਾ ਹਾਈਜੀਨ ਰੇਟਿੰਗ ਦੇ ਵਿੱਚ ਆ ਅਗਰ ਫਾਈਵ ਸਟਾਰ ਆਉਂਦੇ ਆ ਅਤੇ ਇਹਨਾਂ ਨੂੰ ਸਮਾਈਲੀ ਵਾਲਾ ਸਰਟੀਫਿਕੇਟ ਫੂਡ ਸੇਫਟੀ ਵਾਲੇ ਵੱਲੋਂ ਦਿੱਤਾ ਜਾਏਗਾ ਅਤੇ ਉਹ ਮਾਣ ਵਾਲੀ ਗੱਲ ਹੋਣੀ ਆ ਔਰ ਅਸੀਂ ਇਹ ਕਹਿਣਾ ਚਾਹੁੰਦੇ ਵੀ ਜਿੱਥੇ ਅਸੀਂ ਹਰ ਜਗ੍ਹਾ ਜਾਂਦੇ ਹਾਂ ਸਾਡੀ ਹਰਗਿਜ਼ ਇੱਛਾ ਨਹੀਂ ਹੁੰਦੀ ਵੀ ਅਸੀਂ ਜਾਈਏ ਸਾਨੂੰ ਕੋਈ ਗੰਦਾ ਜਾਂ ਬਹੁਤ ਪੂਅਰ ਕੁਆਲਿਟੀ ਦਾ ਸਟੈਂਡਰਡ ਕਿਚਨ ਦਾ ਜਾਂ ਫੂਡ ਦਾ ਮਿਲੇ ਅਸੀਂ ਚਾਹੁੰਦੇ ਹਾਂ ਮਿਆਰੀ ਮਿਲੇ ਔਰ ਸਾਡਾ ਮਨ ਖੁਸ਼ ਹੁੰਦਾ ਫੂਡ ਸੇਫਟੀ ਵਾਲਿਆਂ ਦਾ ਵੀ ਕਿਉਂਕਿ ਅਲਟੀਮੇਟਲੀ ਸਾਡਾ ਗੋਲ ਤਾਂ ਇਹੀ ਹੈ ਨਾ ਵੀ ਜਿਹੜਾ ਮਿਆਰ ਆ ਸਟੈਂਡਰਡ ਅਤੇ ਸੇਫ ਜਿਹੜਾ ਉਹ ਫੂਡ ਲੋਕਾਂ ਨੂੰ ਮਿਲੇ ਬਹੁਤ ਧੰਨਵਾਦੀ ਹਾਂ ਅੱਜ ਦੇ ਗਗਨ ਜੀ ਮੇਰੇ ਨਾਲ ਖੜ੍ਹੇ ਆ ਮੈਨੇਜਰ ਇੱਥੇ ਦੇ ਵੀ ਹੋਰ ਸਾਰਾ ਸਟਾਫ ਆ ਜਿਨ੍ਹਾਂ ਨੇ ਬੜਾ ਸਹਿਯੋਗ ਕੀਤਾ ਔਰ ਅੱਛਾ ਲੱਗਾ ਕੰਮ ਬਹੁਤ ਸੋਹਣਾ ਲੱਗਾ ਜਿੱਥੇ ਜਿੱਥੇ ਖਰਾ ਕਰਦੇ ਆ ਅਸੀਂ ਐਪਰੀਸ਼ੀਏਟ ਕਰਦੇ ਹਾਂ ਜਿਹਨੂੰ ਅੱਛਾ ਕੰਮ ਕਰਦੇ ਔਰ ਨਾਲ ਦੇ ਨਾਲ ਇਹ ਜ਼ਰੂਰ ਕਹਿ ਕੇ ਜਾਂਦੇ
ਵੀ ਇਸ ਮਿਆਰ ਨੂੰ ਯਾਰ ਕਾਇਮ ਵੀ ਰੱਖਿਓ, ਇਹ ਨਾ ਹੋਵੇ ਵੀ ਢਿੱਲੇ ਮੱਠੇ ਪੈ ਜਾਓ, ਇਹਨੂੰ ਕਾਇਮ ਰੱਖਿਓ ਅਤੇ ਕਦੀ ਕਿਸੇ ਚੀਜ਼ ਦਾ ਅਭਿਮਾਨ ਵੀ ਨਹੀਂ ਹੋਣਾ ਚਾਹੀਦਾ ਵੀ ਅਸੀਂ ਬਹੁਤ ਚੰਗਾ ਕਰਦੇ ਹਾਂ, ਉਹਨੂੰ ਕਾਇਮ ਰੱਖਣਾ ਬੜਾ ਜ਼ਰੂਰੀ। ਤੁਸੀਂ ਕਿਚਨ ਜਿਹੜੇ ਤੁਸੀਂ ਕਿਚਨ ਚੈੱਕ ਕੀਤੀ, ਇਹਨਾਂ ਦੀ ਹੋਰ ਕੁਛ ਜਿਹੜਾ ਸਿਸਟਮ ਦੇਖਿਓ, ਤੁਹਾਨੂੰ ਕਿੱਦਾਂ ਲੱਗਾ? ਬਹੁਤ ਅੱਛਾ ਲੱਗਾ, ਬੜਾ ਅੱਛਾ ਲੱਗਾ। ਜਿੱਦਾਂ ਮਾੜੀ ਮੋਟੀ ਜੇ ਕਿਤੇ ਤਰੁੱਟੀ ਹੋ ਵੀ ਜਾਂਦੀ ਹੈ, ਮੈਨੂੰ ਲੱਗਦਾ ਵੀ ਮਾੜੀ ਮੋਟੀ ਤਾਂ ਕਿਤੇ ਗਲਤੀ ਹੋ ਵੀ ਜਾਂਦੀ ਹੈ, ਉਹ ਜਿੱਥੇ ਕਿੱਥੇ ਲੱਗੀ ਹੈ ਸਾਡੀ ਫੂਡ ਸੇਫਟੀ ਜਿਹੜੇ ਰਵੀ ਐਨਰਜੀ ਵੱਲੋਂ ਆਏ ਆ, ਉਹਨਾਂ ਨੇ ਪੂਰਾ ਰਿਕਾਰਡ ਕੀਪਿੰਗ ਇੱਥੇ ਦਾ ਸਟਾਫ ਦਾ, ਮੈਡੀਕਲ, ਪਾਣੀ, ਵਾਟਰ ਸੈਂਪਲ, ਜਿੰਨੇ ਪੈਰਾਮੀਟਰ ਹੈ ਉਹ ਸਾਰੇ ਹੀ ਚੈੱਕ ਕੀਤੇ ਆ, ਔਰ ਸਾਰਾ ਜਿਹੜਾ ਚੈੱਕ ਕੀਤਾ ਉਹ ਅੱਛਾ ਲੱਗਾ, ਔਰ ਜਿੱਥੇ ਕੋਈ ਤਰੁੱਟੀ ਛੋਟੀ ਮੋਟੀ ਲੱਗੀ ਉਹ ਇਹਨਾਂ ਨੂੰ ਗਾਈਡ ਕਰ ਦਿੱਤਾ। ਕੁੱਲ ਮਿਲਾ ਕੇ ਇਹਨਾਂ ਨੂੰ ਅਸੀਂ ਕੋਸ਼ਿਸ਼ ਚਾਹਵਾਂਗੇ, ਵਿਸ਼ ਕਰਦੇ ਵੀ ਇਹਨਾਂ ਨੂੰ 5 star ਮਿਲਣ, ਔਰ ਇਹਨਾਂ ਦੇ ਜਿਹੜਾ ਹਾਈ ਰਿਸਕ ਆਡਿਟ ਆ ਉਹਦਾ ਵੀ ਇਹਨਾਂ ਨੂੰ ਬੜਾ ਐਡਵਾਂਟੇਜ ਮਿਲੇ। ਥੈਂਕ ਯੂ, ਸ਼ੁਕਰੀਆ। ਅੱਜ ਚੈਕਿੰਗ ਦੇ ਵਿੱਚ ਸਾਨੂੰ ਬਹੁਤ ਫਾਇਦਾ ਮਿਲਿਆ ਇਸ ਦੇ ਨਾਲ, ਜਿਵੇਂ ਕਿ ਅਸੀਂ ਆਪਣੀ ਡਾਕੂਮੈਂਟੇਸ਼ਨ ਜੋ ਫੋਲੋ ਕਰ ਰਹੇ ਹਾਂ ਉਹਦੇ ਵਿੱਚ ਡਾਕਟਰ ਸਾਹਿਬ ਨੇ ਸਾਰੀ ਉਹਦੀ ਚੈਕਿੰਗ ਕੀਤੀ ਹੈ, ਸਾਰੇ ਪੇਪਰਸ ਚੈੱਕ ਕੀਤੇ ਨੇ, ਸਾਰੀ ਹੀ ਪਰਸਨਲ ਵਿਜ਼ਿਟ ਕੀਤੀ ਹੈ ਕਿਚਨ ਦੇ ਵਿੱਚ, ਅਤੇ ਉਹਨਾਂ ਨੇ ਸਾਨੂੰ ਗਾਈਡ ਵੀ ਕੀਤਾ ਬਹੁਤ ਚੀਜ਼ਾਂ ਨੂੰ, ਜਿਹਦੇ ਨਾਲ ਸਾਨੂੰ ਬਹੁਤ ਫਾਇਦਾ ਵੀ ਹੋਇਆ ਅਤੇ ਇਸ ਵਿਜ਼ਿਟ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ, ਅਤੇ ਜਿਹਦੇ ਨਾਲ ਸਾਨੂੰ ਆਪਣੇ ਆਪ ਨੂੰ ਵੀ ਪਤਾ ਲੱਗਿਆ ਵੀ ਅਸੀਂ ਇੱਕ ਵਧੀਆ ਕੰਮ ਕਰ ਰਹੇ ਹਾਂ ਅਤੇ ਸਾਡੀ ਕੋਈ ਇਹਦੇ ਵਿੱਚ ਕਮੀ ਹੈ ਨਹੀਂ, ਅਤੇ ਜੋ ਉਹਨਾਂ ਨੇ ਸਾਨੂੰ ਗਾਈਡ ਕੀਤਾ ਅਤੇ ਉਹਨੂੰ ਅਸੀਂ ਪੂਰਾ ਪ੍ਰੋਮਿਸ ਕਰਦੇ ਹਾਂ ਵੀ ਉਹਨੂੰ ਅਸੀਂ ਫੋਲੋ ਵੀ ਕਰੀਏ ਅੱਗੇ, ਅਤੇ ਮੇਕ ਸ਼ੋਰ ਕਰੀਏ ਕਿ ਆਪਣੇ ਕਸਟਮਰ ਨੂੰ ਵਧੀਆ ਸਰਵਿਸ ਦੇਈਏ ਉਹਦੇ ਤੋਂ। ਹੋਰ ਕੀ ਮਤਲਬ ਡਾਕਟਰ, ਕੋਈ ਸਮਾਈਲੀ ਕੋਈ ਲਾਇਸੈਂਸ ਮਿਲਣਾ ਤੁਹਾਨੂੰ ਜਾਂ ਕੋਈ ਸਰਟੀਫਿਕੇਟ ਮਿਲਣਾ ਸੀ ਉਹਦੇ ਬਾਰੇ ਕੀ ਉਹ ਕਹਿੰਦੇ? ਹਾਂਜੀ, ਇਹਦੇ ਵਿੱਚ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਸਾਨੂੰ ਇਹ ਆਡਿਟ ਦੇ ਬਾਅਦ ਵੀ ਸਾਡੀ ਸਕੋਰਿੰਗ ਹੋਊਗੀ, ਸਕੋਰਿੰਗ ਦੇ ਬਾਅਦ ਵਿੱਚ ਅਗਰ ਅਸੀਂ ਸਾਡੇ ਰੱਬ ਰੱਖੇ ਸੁੱਖ ਵੀ ਵਧੀਆ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਫਿਰ ਸਾਨੂੰ 5 star ਮਿਲੂਗਾ, ਅਤੇ 5 star ਦੇ ਨਾਲ ਇੱਕ ਸਮਾਈਲੀ ਮਿਲੂਗੀ ਜੋ ਕਿ ਅਸੀਂ ਫਰੰਟ ਦੇ ਉੱਪਰ ਲਾਵਾਂਗੇ, ਅਤੇ ਉਹ ਸਾਡੇ ਲਈ ਇੱਕ ਮਾਣ ਦੀ ਗੱਲ ਹੈ ਵੀ ਸ਼ਹਿਰ ਦੇ ਵਿੱਚ ਸਾਨੂੰ ਇੱਕ ਵਧੀਆ ਫੂਡ ਸਰਵਿੰਗ ਦਾ ਅਤੇ ਕੁਆਲਿਟੀ ਆਫ ਸਰਵਿਸ ਦਾ ਸਾਨੂੰ ਮਿਲੂਗਾ ਜੀ। ਓਕੇ।